ਬੋਲੇ ਨਹੀਂ ਬਬੀਰ ਹਾਂ ਬੋਲੇ ਅੱਜ ਸਾਡੇ ਲਈ ਬਹੁਤ ਹੀ ਵਡਭਾਗਾ ਦੇਣਾ ਹੈ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲ ਦਾ ਬਬੀਹਾ ਬੋਲੇਗਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਸਟੈਪ ਲੈਣ ਜਾ ਰਿਹਾ ਹਾਂ ਪਿਆਰੇ ਦੋਸਤੋ ਅਸੀਂ ਇੱਕ ਬਹੁਤ ਹੀ ਜਾਨਦਾਰ ਸ਼ਾਨਦਾਰ ਤੇ ਆਈਕੋਨਿਕ ਕਲਟ ਫਿਗਰ ਅੱਜ ਆਪਣੇ ਪਰਿਵਾਰ ਚ ਸ਼ਾਮਿਲ ਕਰਨ ਜਾ ਰਹੇ ਹਾਂ ਕੋਈ ਇਹ ਨਹੀਂ ਹੈ ਕਿ ਉਹ ਸਾਡੇ ਪਰਿਵਾਰ ਚ ਨਵਾਂ ਹੈ ਉਹਨਾਂ ਦੇ ਮਦਰ ਸਰਪੰਚ ਨੇ ਕਾਂਗਰਸ ਪਾਰਟੀ ਦੇ ਔਰ ਅਸੀਂ ਉਹਨਾਂ ਨੂੰ ਇੱਕ ਯੂਥ ਆਈਕੋਨ ਦੇ ਲਹਿਜੇ ਨਾਲ ਦੇਖਦੇ ਹਾਂ ਬੜਾ ਇੱਜ਼ਤ ਸਨਮਾਨ ਮਾਣ ਹੈ ਜਿਹਦਾ ਮਾਣ ਹੁੰਦਾ ਹੈ ਉਹਦੇ ਤੇ ਕਿੰਤੂ ਪਰੰਤੂ ਵੀ ਪੱਕੀ ਹੈ ਅੱਜ ਸਾਡੇ ਲਈ ਬਹੁਤ ਹੀ ਵਡਭਾਗਾ ਦੇਣਾ ਹੈ ਕਿ ਅਸੀਂ ਸਿੱਧੂ ਮੂਸੇਵਾਲ ਸਾਹਿਬ ਨੂੰ ਆਪਣੇ ਪਰਿਵਾਰ ਚ ਸ਼ਾਮਿਲ ਕਰਨ ਜਾ ਰਹੇ ਹਾਂ He will fight an election for us, but that is a decision of another day. ਅੱਜ ਇੱਕ ਮੀਟਿੰਗ ਉਹਨਾਂ ਦੀ ਹਾਈਕਮਾਂਡ ਨਾਲ ਵੀ ਕਰਾਵਾਂਗੇ When the music of a generation changes, a generation changes. ਜਦੋਂ ਸਾਡਾ ਜ਼ਮਾਨਾ ਸੀ ਅਸੀਂ ਕਿਸ਼ੋਰ ਕੁਮਾਰ ਸੰਦੇ ਹੁੰਦੇ ਸੀ ਤੇ ਇੱਕ ਦਿਨ ਮੈਂ ਆਪਣੇ ਮੁੰਡੇ ਦੇ ਈਅਰਫੋਨ ਨਾਲ ਗਾਣਾ ਸੁਣਿਆ ਉਹ ਆ ਉਹ ਹੁੰਦੀ ਸੀ ਉਹ ਪੌਪ ਰੌਕ ਤੇ ਇਹ ਜਿਹੜੀ ਟ੍ਰਾਂਜੀਸ਼ਨ ਹੈ ਉਹ ਬਹੁਤ ਹੱਦ ਤੱਕ ਇਸ ਇਨਸਾਨ ਦੇ ਨਾਲ ਲੱਗਦੀ ਹੈ ਨਾਮ ਬਣਾਉਣਾ ਆਸਾਨ ਹੈ ਲੇਕਿਨ ਉਹਨੂੰ ਬਰਕਰਾਰ ਰੱਖਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਮੈਂ ਦੇਖਿਆ ਕਿ ਇਨ ਦੀ ਲਾਸਟ 3-4 ਇਅਰਸ ਨਾ ਸਿਰਫ ਬਾਲੀਵੁੱਡ ਪੰਜਾਬ ਦਾ ਬੱਚਾ ਬੱਚਾ ਔਰ ਇਹ ਨਹੀਂ ਕਿ ਇਕੱਲੇ ਯੰਗਸਟਰ ਹੀ ਨੇ ਵੱਡੇ ਵੀ ਸਾਡੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਮੇਰਾ ਇੱਕ ਬਹੁਤ ਚੰਗਾ ਦੋਸਤ ਹੈ ਰਣਵੀਰ ਉਹ ਵੇਟ ਕਰਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਗਾਣਾ ਆਏ ਤੇ ਪਹਿਲੇ ਦਿਨ ਹੀ ਉਹ ਉੱਥੇ ਪਾਰਟੀ ਕਰਦੇ ਹੈ ਵੀ ਸਿੱਧੂ ਮੂਸੇਵਾਲਾ ਸਾਹਿਬ ਦਾ ਗਾਣਾ ਸੋ ਹੀ ਇਜ਼ ਸੱਚ ਅ ਪਾਪੂਲਰ ਫਿਗਰ ਹੀ ਇਜ਼ ਨਾਟ ਜਸਟ ਸਮਵਨ ਨੋਨ ਇਨ ਪੰਜਾਬ ਹੀ ਇਜ਼ ਐਨ ਇੰਟਰਨੈਸ਼ਨਲ ਫਿਗਰ ਜਿਹਨੇ ਪੰਜਾਬੀ ਦਾ ਮਾਣ ਵਧਾਇਆ ਹੋ ਸਕਦਾ ਹੈ ਕਿ ਕੁਝ ਲੋਕਾਂ ਨੂੰ 2% 4% ਨੂੰ ਕਿੰਤੂ ਪਰੰਤੂ ਦੀ ਆਦਤ ਹੋਵੇ ਠੀਕ ਹੈ ਬਟ ਦ ਸ਼ੋਰਟਸ ਫਾਰਮ ਆਫ ਫੇਲਿਅਰ ਇਜ਼ ਟ੍ਰਾਈਂਗ ਟੂ ਪਲੀਜ਼ ਐਵਰੀਵਨ ਹੀ ਹੂ ਟ੍ਰਾਈਜ਼ ਟੂ ਪਲੀਜ਼ ਐਵਰੀਵਨ ਪਲੀਜ਼ ਇਜ਼ ਨਾਟ ਉਹ ਆਪਣੇ ਰੂਹਾਨੀ ਅੰਦਾਜ਼ ਦੇ ਵਿੱਚ ਲਿਰਿਕਸ ਲਿਖਦਾ ਹੈ ਗਾਉਂਦਾ ਹੈ ਔਰ ਇੱਕ ਐਸੇ ਤਰਨਮ ਚ ਗਾਉਂਦਾ ਹੈ ਇੱਕ ਆਪਣੇ ਨਵੇਕਲੇ ਸਟਾਈਲ ਚ ਗਾਉਂਦਾ ਹੈ ਕਿ ਅੱਜ ਉਹ ਸਾਰੇ ਪੰਜਾਬ ਦਾ ਪਾਰਟੀਆਂ ਤੋਂ ਉੱਤੇ ਉੱਠ ਕੇ ਯੂਥ ਦਾ ਹਰਮਨ ਪਿਆਰਾ ਸੋ ਆਈ ਵੈਲਕਮ ਸਿੱਧੂ ਮੂਸੇਵਾਲਾ ਸਾਹਿਬ ਟੂ ਦ ਕਾਂਗਰਸ ਫੋਲਡ ਹਿਸ ਫਾਦਰ ਇਜ਼ ਐਨ ਐਕਸ ਸਰਵਿਸਮੈਨ ਆ ਬੈਠੇ ਨੇ ਤੇ ਮੈਂ ਅੱਜ ਸਵੇਰੇ ਇਹਨਾਂ ਨੂੰ ਜਦੋਂ ਮਿਲਿਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਭਾਜੀ ਬਾਪ ਉਹ ਵੱਡਾ ਹੁੰਦਾ ਜਿਹਦਾ ਪੁੱਤ ਉਹਦੇ ਨਾਲੋਂ ਵੱਡਾ ਹੋ ਜੇ ਇੱਥੋਂ ਹੀ ਪਤਾ ਲੱਗਦਾ ਕਿ ਬਾਪ ਬਹੁਤ ਵੱਡਾ ਸੋ ਫਾਦਰ ਨਾਲੋਂ ਵੀ ਲੱਖਾਂ ਗੁਣਾ ਜ਼ਿਆਦਾ ਨਾਮ ਕਮਾਉਣ ਵਾਲਾ ਇਹ ਪੁੱਤ ਹੈ ਅਸੀਂ ਇਹਦਾ ਖੈਰ ਮਕਦਮ ਕਰਦੇ ਹਾਂ ਅਸੀਂ ਇਹਦਾ ਵੈਲਕਮ ਕਰਦੇ ਹਾਂ ਔਰ ਅਸੀਂ ਆਸ ਕਰਦੇ ਹਾਂ ਕਿ ਜਿੰਨਾ ਨਾਮ ਇਹਨਾਂ ਨੇ ਸੰਗੀਤਕਾਰੀ ਦੇ ਵਿੱਚ ਕਮਾਇਆ ਹੈ ਉਸੇ ਤਰ੍ਹਾਂ ਇਹ ਪੋਲਿਟਿਕਸ ਦੇ ਵਿੱਚ ਲੋਕਾਂ ਦੀ ਸੱਚੀ ਸੇਵਾ ਕਰ ਸਕਣ ਵੈਲਕਮ ਸਰ ਮੈਂ ਹੁਣ ਸੀਐਮ ਸਾਹਿਬ ਨੂੰ ਕਹੂੰਗਾ ਕਿ ਉਹ ਕੁਝ ਸ਼ਬਦ ਬੋਲਣ ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਦਿਨ ਹੈ ਕਿ ਇੱਕ ਆਮ ਸਧਾਰਨ ਪਰਿਵਾਰ ਚੋਂ ਉੱਠਿਆ ਬਹੁਤ ਹੀ ਬੜਾ ਕਲਾਕਾਰ ਬਣਿਆ ਆਪਣੇ ਬਲਬੂਤੇ ਤੇ ਆਪਣੀ ਲਿਆਕਤ ਦੇ ਨਾਲ ਆਪਣੀ ਮਿਹਨਤ ਦੇ ਨਾਲ ਜਿਹਨੇ ਪੰਜਾਬ ਦੇ ਨਹੀਂ ਬਲਕਿ ਦੁਨੀਆਂ ਦੇ ਵਿੱਚ ਬੈਠੇ ਪੰਜਾਬੀਆਂ ਦਾ ਤੇ ਦੂਸਰੇ ਲੋਕਾਂ ਦਾ ਵੀ
दिल जीतिया जिदे एक गीत ते एक बोल ते नौजवान झूम उठते है। साडा जो मैं पिंड च रहिंदा सी तां जो गिद्धा बना किसी ब्याह दे विच या प्रोग्राम दे विच बीबिया एक गीत गाउंदियां सी नी बबीहा बोले ਉਹ ਫਿਰ ਇਹਨਾਂ ਨੇ ਗੀਤ ਜਦੋਂ ਗਾਇਆ ਤਾਂ ਦੁਨੀਆ ਉਹਦੇ ਤੇ ਝੂਮ ਗਈ ਬੋਲੇ ਨੀ ਬਬੀਹਾ ਬੋਲੇ ਤਾਂ ਹੁਣ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਬਬੀਹਾ ਬੋਲੇ ਬਹੁਤ ਹੀ ਸਾਨੂੰ ਖੁਸ਼ੀ ਹੈ ਕਿ ਇੱਕ ਉਹ ਨੌਜਵਾਨ ਜਿਹੜਾ ਲੋਕਾਂ ਦੇ ਦਿਲਾਂ ਨੂੰ ਜਾਣਦਾ ਹੈ ਲੋਕਾਂ ਦੀਆਂ ਭਾਵਨਾਵਾਂ ਨੂੰ ਜਾਣਦਾ ਹੈ ਤੇ ਉਹਨਾਂ ਨੂੰ ਉਜਾਗਰ ਕਰਦਾ ਹੈ ਤੇ ਜਿਹਦੀ ਬੋਲ ਤੇ ਪੰਜਾਬ ਦਾ ਨੌਜਵਾਨ ਯੂਥ ਖੜਾ ਹੋ ਜਾਂਦਾ ਹੈ ਤੇ ਇੱਕ ਸੇਧ ਲੈਂਦਾ ਹੈ ਉਹ ਨੌਜਵਾਨ ਅੱਜ ਕਾਂਗਰਸ ਵਿੱਚ ਜੁਆਇਨ ਹੋ ਰਿਹਾ ਹੈ ਬਹੁਤ ਹੀ ਸਧਾਰਨ ਪਰਿਵਾਰ ਹੈ ਆਮ ਕਿਸਾਨ ਦਾ ਨੌਜਵਾਨ ਮੁੰਡਾ ਹੈ ਤੇ ਪਿਤਾ ਫੌਜੀ ਰਿਹਾ ਹੈ ਤੇ ਫੌਜ ਕਹਿੰਦੇ ਵੀ ਫੌਜੀ ਰੱਬ ਦਾ ਹੈ ਦੂਜਾ ਨਾ ਲੱਗੇ ਮੇਰੇ ਵੀਰ ਵਰਗਾ ਫੌਜ ਵਿੱਚ ਜਿਹੜਾ ਬੰਦਾ ਜਾਂਦਾ ਹੈ ਉਹ ਆਪਣੀ ਜਾਨ ਤਲੀ ਤੇ ਰੱਖ ਕੇ ਜਾਂਦਾ ਹੈ ਔਰ ਇਮਾਨਦਾਰੀ ਉਹਦੇ ਜ਼ਿਹਨ ਵਿੱਚ ਹੁੰਦੀ ਹੈ ਕਿ ਮੈਂ ਇਮਾਨਦਾਰ ਰਹਿ ਕੇ ਦੇਸ਼ ਦੀ ਸੇਵਾ ਕਰਨੀ ਉਸ ਕਿਸਾਨ ਦਾ ਮੁੰਡਾ ਜਿਹਨੇ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਇਆ ਅੱਜ ਕਾਂਗਰਸ ਦਾ ਮਾਣ ਵਧਾਉਣ ਆ ਰਿਹਾ ਇਹ ਮੂਸੇ ਵਾਲੇ ਦਾ ਨਹੀਂ ਸਾਡਾ ਸਾਰਿਆਂ ਦਾ ਤੇ ਕਾਂਗਰਸ ਪਾਰਟੀ ਦਾ ਮਾਣ ਵਧ ਰਿਹਾ ਮੈਂ ਇਸ ਹੁਣ ਆ ਨੌਜਵਾਨ ਨੂੰ ਪਾਰਟੀ ਦੇ ਵਿੱਚ ਜਿਆ ਕਹਿੰਦਾ ਸਰਕਾਰ ਵੱਲੋਂ ਜਿਆ ਕਹਿੰਦਾ ਤੇ ਮੈਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਕ੍ਰਾਂਤੀ ਪੰਜਾਬ 'ਚ ਲੈ ਕੇ ਆਉਣਗੇ ਇੱਕ ਨਵਾਂ ਪੰਜਾਬ ਸਿਰਜਣਗੇ ਜਿਹਦੇ ਨਾਲ ਪੰਜਾਬ ਜਿੱਤੇਗਾ ਤੇ ਪੰਜਾਬ ਦੇ ਲੋਕ ਜਿੱਤਣਗੇ ਮੈਂ ਸਾਰਿਆਂ ਦਾ ਇਸ ਵੱਲੋਂ ਸਵਾਗਤ ਕਰਦਾ ਹੋਇਆ ਖਾਸ ਤੌਰ 'ਤੇ ਸਿੱਧੂ ਮੂਸੇਵਾਲਾ ਜੀ ਦੇ ਪਰਿਵਾਰ ਦਾ ਤੇ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਇਹਨਾਂ ਦੇ ਮਾਤਾ ਪਿਤਾ ਨੂੰ ਤੇ ਸਾਨੂੰ ਸਾਰਿਆਂ ਨੂੰ ਨੌਜਵਾਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਮੈਂ ਹੁਣ ਬੇਨਤੀ ਕਰਾਂਗਾ ਮੂਸੇ ਵਾਲਾ ਜੀ ਨੂੰ ਕਿ ਉਹ ਵੀ ਚੱਲ ਸਭ ਕਹਿਣਗੇ ਮੇਰੀ ਪਹਿਲੀ ਕਾਨਫਰੰਸ ਹੈ ਸੋ ਪਹਿਲਾਂ ਫਤਿਹ ਪ੍ਰਵਾਨ ਕਰਿਓ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ 3 ਸਾਲ ਪਹਿਲਾਂ 4 ਸਾਲ ਪਹਿਲਾਂ ਮੈਂ ਮਿਊਜ਼ਿਕ ਸਟਾਰਟ ਕੀਤਾ ਸੀ ਤੇ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਆਸ਼ੀਰਵਾਦ ਸਦਕਾ ਅੱਜ ਮੈਨੂੰ ਇਹ ਮੁਕਾਮ ਮਿਲਿਆ ਕਿ ਸਾਰੀ ਦੁਨੀਆ ਦੇ ਉੱਤੇ ਆਪਣਾ ਪੰਜਾਬੀਆਂ ਦਾ ਨਾਮ ਰੋਸ਼ਨ ਹੋਇਆ ਪੰਜਾਬੀ ਮਿਊਜ਼ਿਕ ਦਾ ਜਿਹਨੂੰ ਕਿ ਇੱਕ ਰੀਜਨਲ ਲੈਂਗੁਏਜ ਦੱਸਿਆ ਜਾਂਦਾ ਸੀ ਅਤੇ ਅੱਜ 4 ਸਾਲਾਂ ਬਾਅਦ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਸਟੈਪ ਲੈਣ ਜਾ ਰਿਹਾ ਅਤੇ ਇੱਕ ਨਵਾਂ ਕਿੱਤਾ ਇੱਕ ਨਵੀਂ ਦੁਨੀਆ ਜਿਹਦੇ ਵਿੱਚ ਮੈਂ ਯਾਨੀ ਕਿ ਮੇਰੀ ਸ਼ੁਰੂਆਤ ਹੈ ਅਤੇ ਮੈਂ ਸਿਰਫ ਮੇਰਾ ਕੋਈ ਜ਼ਿਆਦਾ ਲੰਮਾ ਚੌੜਾ ਇਸ ਕਦੇ ਮੇਰਾ ਇੱਧਰ ਰੁਝਾਨ ਵੀ ਨਹੀਂ ਸੀਗਾ ਕਿਉਂਕਿ ਮੈਂ ਮਿਊਜ਼ਿਕ ਜਿੰਨੇ ਬੰਦੇ ਮਿਊਜ਼ਿਕ ਕਰਨ ਵਾਲੇ ਹੁੰਦੇ ਉਹਨਾਂ ਦੀ ਯਾਨੀ ਕਿ ਦੁਨੀਆ ਕੁਛ ਹੋਰ ਹੁੰਦੀ ਹੈ ਪਰ ਮੇਰਾ ਸ਼ੁਰੂ ਤੋਂ ਲਗਾਅ ਪਿੰਡ ਨਾਲ ਰਿਹਾ ਅਸੀਂ ਆਮ ਪਰਿਵਾਰਾਂ 'ਚ ਉੱਠੇ ਹੋਏ ਲੋਕ ਆ ਠੀਕ ਹੈ ਜੀ ਮੇਰੇ ਫਾਦਰ ਸਾਹਿਬ ਨੇ ਐਕਸ ਆਰਮੀ ਮੈਨ ਨੇ ਅਤੇ ਮਾਤਾ ਮੇਰੇ ਯਾਨੀ ਕਿ ਹਾਲੇ ਵੀ ਅਸੀਂ ਚਾਹੇ ਪਰਮਾਤਮਾ ਨੇ ਬਹੁਤ ਤਰੱਕੀ ਦਿੱਤੀ ਅਸੀਂ ਉਸੇ ਪਿੰਡ 'ਚ ਉਸੇ ਘਰ 'ਚ ਰਹਿ ਰਹੇ ਹਾਂ ਅਤੇ ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ ਜਦੋਂ ਕਿਸੇ ਆਮ ਘਰਾਣੇ ਦੇ ਵਿੱਚੋਂ ਆਮ ਪਿੰਡਾਂ ਦੇ ਵਿੱਚੋਂ ਕਿਸੇ ਬੱਚੇ ਦਾ ਨਾਮ ਹੁੰਦਾ ਤਾਂ ਆਸੇ ਪਾਸੇ ਦੇ ਜਿਹੜੇ ਲੋਕ ਹੁੰਦੇ ਆ ਉਹਦੇ ਤੋਂ ਐਕਸਪੈਕਟੇਸ਼ਨਸ ਕਰਨ ਲੱਗ ਜਾਂਦੇ ਆ ਵੀ ਜੇ ਸਾਡਾ ਜਵਾਕ ਦਾ ਨਾਮ ਹੋਇਆ ਤਾਂ ਯਾਰ ਇਹ ਕਿਤੇ ਨਾ ਕਿਤੇ ਸਾਡੀ ਹੈਲਪ ਕਰੇ ਜਾਂ ਸਾਡੇ ਨਾਲ ਹੋਵੇ ਅਤੇ ਮੇਰੇ ਨਾਲ ਘੱਟੋ ਘੱਟ ਮੈਂ ਕਹਿੰਦਾ ਵੀ ਸਾਡਾ ਮਾਨਸਾ ਏਰੀਆ ਮਾਨਸਾ ਬਠਿੰਡਾ ਯਾਨੀ ਕਿ ਮੇਰੇ ਨਾਲ ਇੱਕ ਤਰੀਕੇ ਨਾਲ ਅਟੈਚਡ ਹੈ ਜਿਸ ਤਰੀਕੇ ਨਾਲ ਉਹ ਯਾਨੀ ਕਿ ਉਹਨਾਂ ਦਾ ਪਿਆਰ ਅਤੇ ਉਹਨਾਂ ਦੀਆਂ ਦੁਆਵਾਂ ਅਤੇ ਉਹਨਾਂ ਦੀਆਂ ਆਸਾਂ ਨੇ ਅਤੇ ਜਦੋਂ ਕਿਤੇ ਵੀ ਅਸੀਂ ਪਿੰਡੋਂ ਬਾਹਰ ਜਾਂਦੇ ਹਾਂ ਜਾਂ ਉਹ ਕਿਤੇ ਜਾਂਦੇ ਨੇ ਤਾਂ ਜਦੋਂ ਕਹਿੰਦੇ ਨੇ ਬਈ ਅਸੀਂ ਮਾਨਸਾ ਤੋਂ ਹਾਂ ਜਾਂ ਬਠਿੰਡੇ ਤੋਂ ਹਾਂ ਤਾਂ ਉਹ ਪ੍ਰਾਊਡ ਮਹਿਸੂਸ ਕਰਦੇ ਹਾਂ ਅਤੇ ਕਿਤੇ ਨਾ ਕਿਤੇ ਜਦੋਂ ਕਿਤੇ ਉਸ ਇਲਾਕੇ ਦੇ ਵਿੱਚ ਰਹਿੰਦੇ ਹਾਂ ਠੀਕ ਹੈ ਨਾ ਜਦੋਂ ਉੱਥੇ ਵਿਚਰਦੇ ਹਾਂ ਲੋਕਾਂ ਨਾਲ ਤਾਂ ਬਹੁਤ ਚੀਜ਼ਾਂ ਨੇ ਜਿਹੜੀਆਂ ਹਜੇ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਵੀ ਉਹ ਕਿਸ ਚੀਜ਼ਾਂ ਨਾਲ ਉਹ ਜੂਝ ਰਹੇ ਨੇ ਜਾਂ ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕੀ ਪ੍ਰੋਬਲਮ ਆ ਹੋਰ ਪੰਜਾਬ ਬਹੁਤ ਤਰੱਕੀ ਕਰ ਗਿਆ ਸਾਰੀ ਦੁਨੀਆ 'ਤੇ ਨਾਮ ਹੈ ਪੰਜਾਬ ਦਾ ਪਰ ਸਾਡੇ ਮੈਂ ਕਹਿੰਦਾ ਮਾਨਸਾ ਦਾ ਇਸੀ ਤਰਾਸਦੀ ਹੈ ਵੀ ਉਹ ਕਦੇ ਅੱਗੇ ਨਹੀਂ ਆ ਸਕਿਆ ਮੇਰਾ ਕੋਈ ਪੋਲੀਟਿਕਸ ਦੇ ਵਿੱਚ ਆਉਣ ਦਾ ਕੋਈ ਲੰਮਾ ਚੌੜਾ ਰੁਝਾਨ ਇਹ ਨਹੀਂ ਹੈਗਾ ਵੀ ਮੈਂ ਕੋਈ ਰੁਤਬੇ ਖਾਤਰ ਜਾਂ ਕੋਈ ਵਾਹਵਾਹੀ ਖਾਤਰ ਇਸ ਫੀਲਡ ਦੇ ਵਿੱਚ ਆ ਰਿਹਾ ਮੇਰਾ ਸਿਰਫ ਇੱਕੋ ਹੀ ਹੈ ਕਿ ਮੇਰੇ ਨਾਲ ਕੁਛ ਕੁ ਲੋਕ ਜੁੜੇ ਨੇ ਮੇਰੇ ਨਾਲ ਇੱਕ ਖਿੱਤਾ ਜੁੜਿਆ ਹੋਇਆ ਅਤੇ ਉਹ ਖਿੱਤਾ ਮੇਰੇ ਤੋਂ ਆਸ ਰੱਖਦਾ
ਤੇ ਸਿਸਟਮ ਦੇ ਵਿੱਚ ਸਿਸਟਮ ਨੂੰ ਚੇਂਜ ਕਰਨ ਦੇ ਲਈ ਜਾਂ ਸਿਸਟਮ ਦੇ ਵਿੱਚ ਉਹਨੂੰ ਇੰਪਰੂਵ ਕਰਨ ਦੇ ਲਈ ਸਿਸਟਮ ਦਾ ਹਿੱਸਾ ਬਣਨਾ ਬਹੁਤ ਜ਼ਰੂਰੀ ਹੈ ਅਤੇ ਮੇਰੇ ਲਈ ਸਭ ਤੋਂ ਵੱਡੀ ਜਿਹੜੀ ਉਹ ਯਾਨੀ ਕਿ ਉਹ ਜ਼ਰੂਰਤ ਸੀ ਉਹ ਮੈਂ ਇਸ ਪਾਰਟੀ ਥਰੂ ਯਾਨੀ ਕਿ ਆਪਣੇ ਲੋਕਾਂ ਦੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਅਤੇ ਰੀਜ਼ਨ ਇਸ ਪਾਰਟੀ ਦਾ ਕਿ ਮੈਂ ਕਾਂਗਰਸ ਹੀ ਕਿਉਂ ਜੁਆਇਨ ਕੀਤੀ ਉਹਦਾ ਇੱਕ ਬਹੁਤ ਵੱਡਾ ਅਤੇ ਇੱਕ ਖਾਸ ਰੀਜ਼ਨ ਹੈ ਪਹਿਲੀ ਗੱਲ ਇਹ ਜਿਹੜੀ ਪੰਜਾਬ ਕਾਂਗਰਸ ਹੈ ਜਾਂ ਕਾਂਗਰਸ ਹੈ ਇਹਦੇ ਵਿੱਚ ਉਹੋ ਜਿਹੇ ਲੋਕ ਨੇ ਜਿਹੜੇ ਆਮ ਘਰਾਂ ਦੇ ਵਿੱਚ ਉੱਠੇ ਹੋਏ ਨੇ ਫੋਰ ਐਗਜ਼ਾਮਪਲ ਰਾਜਾ ਬਾਈ ਅੱਜ ਤੋਂ 10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਇਹਨਾਂ ਦਾ ਬੈਕਗਰਾਊਂਡ ਚੈੱਕ ਕਰੋ ਤੁਸੀਂ ਕਿ ਕਿੱਥੋਂ ਆਏ ਨੇ ਅਤੇ ਕਿਵੇਂ ਸਟਰਗਲ ਕਰਕੇ ਮੇਨ ਰੀਜ਼ਨ ਇਹ ਹੈ ਵੀ ਇਹਦੇ ਵਿੱਚ ਆਮ ਲੋਕਾਂ ਦੀ ਯਾਨੀ ਕਿ ਕੋਈ ਵੀ ਬੰਦਾ ਜਿਹੜਾ ਮਿਹਨਤਕਸ਼ ਆਦਮੀ ਹੈ ਜੋ ਮਿਹਨਤ ਕਰਦਾ ਉਹਦੀ ਆਵਾਜ਼ ਉਹ ਬੁਲੰਦ ਕਰ ਸਕਦਾ ਅਤੇ ਉਹ ਪ੍ਰੋਗਰੈਸ ਕਰ ਸਕਦਾ ਖਿੱਤਿਆਂ ਤੋਂ ਘਰਾਣਿਆਂ ਤੋਂ ਉੱਪਰ ਉੱਠ ਕੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਆਪਣੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੀਏ ਸੋ ਮੇਰਾ ਇਹੀ ਰੀਜ਼ਨ ਸੀ ਇਸ ਚੀਜ਼ ਵਿੱਚ ਆਉਣ ਦਾ ਅਤੇ ਬਾਕੀ ਮੈਂ ਪੰਜਾਬ ਦੇ ਲੋਕਾਂ ਨੂੰ ਅਤੇ ਦੁਨੀਆ ਜਿੰਨੀ ਵੀ ਮੈਨੂੰ ਪਿਆਰ ਕਰਦੀ ਹਾਂ ਉਮੀਦ ਕਰਦਾ ਜਿਵੇਂ ਕਿ ਮੈਨੂੰ ਮਿਊਜ਼ਿਕ ਦੇ ਵਿੱਚ ਤੁਸੀਂ ਆਸ਼ੀਰਵਾਦ ਅਤੇ ਪਿਆਰ ਦਿੱਤਾ ਤਾਂ ਮੈਨੂੰ ਆਸ਼ੀਰਵਾਦ ਦਿਓਗੇ ਕਿ ਮੈਂ ਆਮ ਲੋਕਾਂ ਦਾ ਸਹਾਰਾ ਬਣ ਸਕਾਂ ਸਤਿ ਸ਼੍ਰੀ ਅਕਾਲ ਸਭ ਜੂਡ ਇਸ ਮਾਮਲਾ ਯਾਰ ਉਹਦੇ ਬਾਰੇ ਕਿਉਂ ਗੱਲ ਕਰਦੇ ਆਪਾਂ ਇੱਧਰ ਆਓ ਜੀ ਤੁਸੀਂ ਫਾਦਰ ਸਾਹਿਬ ਨੂੰ ਇੱਕ ਮਿੰਟ ਕੋਲ ਫਾਦਰ ਸਾਹਿਬ ਨੂੰ ਨਾਲ ਨਾਲ ਆਓ ਜੀ ਇੱਧਰ ਆਓ ਮਹਾਰਾਜ ਤੁਹਾਡਾ ਮਾਨ ਜ਼ਿਆਦੇ ਹੈ ਇਹ ਮਾਨ ਕਰਦੇ ਹੋ ਬਾਪ ਦੇ ਵਾਸਤੇ ਕਿੰਨੇ ਫਖਰ ਦੀ ਗੱਲ ਹੈ ਹੁਣ ਕਰੋ ਯਾਰ ਸੀਐਮ ਸਾਹਿਬ ਆਓ ਆਓ ਇੱਕ ਮਿੰਟ ਜੀ ਮੈਂ ਜਵਾਬ ਦਿੰਦਾ ਤੁਹਾਨੂੰ ਕਾਂਗਰਸ ਪਰਿਵਾਰ ਮੈਂ ਇੱਕ ਹੋਨਹਾਰ ਨੌਜਵਾਨ ਜਿਸਨੇ ਆਪਣੀ ਕਾਂਗਰਸ ਪਰਿਵਾਰ ਮੈਂ ਹੋਨਹਾਰ ਨੌਜਵਾਨ ਹੋਨਹਾਰ ਨੌਜਵਾਨ ਜਿਸਨੇ ਆਪਣੀ ਆਵਾਜ਼ ਪੰਜਾਬ ਮੇਂ ਹੀ ਨਹੀਂ ਦੇਸ਼ ਮੇਂ ਹੀ ਦੁਨੀਆ ਕੇ ਅੰਦਰ ਬੜੀ ਬੁਲੰਦੀ ਸੇ ਉਠਾਈ ਜਹਾਂ ਜਬ ਆਵਸ਼ਕਤਾ ਦੀ ਜਿਸ ਮੁੱਦੇ ਪਰ ਉਸ ਮੁੱਦੇ ਪਰ ਬੜੀ ਬੁਲੰਦੀ ਸੇ ਇਹਨਾਂ ਨੇ ਆਪਣੀ ਆਵਾਜ਼ ਉਠਾਈ ਪਿਛਲੇ ਦਿਨੋਂ ਕੇ ਅੰਦਰ ਜਬ ਪੂਰਾ ਦੇਸ਼ ਕਾ ਕਿਸਾਨ ਕ੍ਰਿਸ਼ੀ ਮਿਲ ਕੇ ਇਹ ਸੰਘਰਸ਼ ਕਰ ਰਹਾ ਥਾ ਉਸਮੇ ਸਬਸੇ ਬੁਲੰਦ ਆਵਾਜ਼ ਕਿਸੀ ਨੇ ਉਠਾਈ ਉਸਮੇ ਸੇ ਏਕ ਸਿੱਧੂ ਮੂਸੇਵਾਲੇ ਜੀ ਬਿਲਕੁਲ ਸਾਮਾਨਯ ਸੇ ਪਰਿਵਾਰ ਸੇ ਆਦਰ ਔਰ ਏਕ ਦੁਨੀਆ ਕੇ ਅੰਦਰ ਆਪਣਾ ਨਾਮ ਰੋਸ਼ਨ ਕਰਨ ਵਾਲੇ ਕਾ ਨਾਮ ਸਿੱਧੂ ਮੂਸੇਵਾਲ ਆਜ ਪੰਜਾਬ ਮੇ ਪਰਿਵਰਤਨ ਪਰਿਵਰਤਨ ਕੇ ਅੰਦਰ ਹਰ ਨੌਜਵਾਨ ਹਰ ਇਨਸਾਨ ਜੋ ਸਾਮਾਨਯ ਪ੍ਰਸ਼ਭੂਮੀ ਸੇ ਆਇਆ ਹੁਆ ਹੈ ਉਸਕੀ ਹਿੱਸੇਦਾਰੀ ਔਰ ਭਾਗੀਦਾਰੀ ਨਹੀਂ ਉਸਕੋ ਨੇਤ੍ਰਿਤਵ ਕਾ ਅਵਸਰ ਦੇਣਾ ਇਹ ਰਾਹੁਲ ਗਾਂਧੀ ਸੋਨੀਆ ਗਾਂਧੀ ਔਰ ਕਾਂਗਰਸ ਕੀ ਸੋਚ ਹੈ ਸੋਚ ਕੋ ਆਗੇ ਬੜਾਨੇ ਕੇ ਲੀਏ ਉਸਕੀ ਸੋਚ ਕੋ ਮਜ਼ਬੂਤ ਕਰਨੇ ਕੇ ਲੀਏ ਹਮਾਰੇ ਪਰਿਵਾਰ ਮੇ ਸਿੱਧੂ ਮੂਸੇਵਾਲਾ ਜੀ ਆਏ ਹੈ ਮੈਂ ਕਾਂਗਰਸ ਪਰਿਵਾਰ ਕੀ ਤਰਫ ਸੇ ਉਨਕਾ ਸਵਾਗਤ ਕਰਤਾ ਹੂੰ ਔਰ ਬੜੀ ਮਜ਼ਬੂਤੀ ਸੇ ਆਨੇ ਵਾਲੇ ਸਮੇਂ ਕੇ ਅੰਦਰ ਇਸ ਸੋਚ ਕੋ ਆਗੇ ਬੜਾਨੇ ਕੇ ਲੀਏ ਉਨਕਾ ਸਵਾਗਤ ਕਰਤਾ ਹੂੰ ਧੰਨਵਾਦ